ਅਮਰੀਕਾ ਦੀ ਸੈਂਟਰਲ ਵੈਲੀ ਕੈਲੀਫੋਰਨੀਆ ਵਿਖੇ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਯੂਨਾਈਟਿਡ ਹੈਲਥ ਕੇਅਰ ਗਰੁੱਪ ਵੱਲੋਂ ਆਪਣਾ 30ਵਾਂ ਕਲੀਨਿਕ ਫ੍ਰਿਜ਼ਨੋ ਦੇ ਮਾਰਕਸ ਐਂਡ ਐਸ਼ਲਨ ਐਵੇਨਿਊ ਉੱਤੇ ਖੋਲ੍ਹ ਦਿੱਤਾ ਗਿਆ। ਲੰਘੇ ਵੀਰਵਾਰ ਇਸ ਕਲੀਨਿਕ ਦੀ ਗ੍ਰੈਂਡ ਓਪਨਿੰਗ ਕੀਤੀ ਗਈ, ਜਿਸ ਦੌਰਾਨ ਇਸ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ CEO ਜਸਟਿਨ ਪ੍ਰੀਅਰਸ ਨੇ ਰਿਬਨ ਕੱਟ ਕੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਜਿੱਥੇ ਸੈਂਟਰਲ ਵੈਲੀ ਦਾ ਇਹ ਉਹਨਾਂ ਦਾ 30ਵਾਂ ਕਲੀਨਿਕ ਹੈ, ਉੱਥੇ ਹੀ ਫ੍ਰਿਜ਼ਨੋ ਸਿਟੀ ਦਾ ਇਹ ਉਹਨਾਂ ਦਾ 8ਵਾਂ ਕਲੀਨਿਕ ਬਣ ਚੁੱਕਾ ਹੈ। ਉਹਨਾਂ ਸਮੂਹ ਸਟਾਫ ਦਾ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜੀ ਜਾਨ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। ਗਰੁੱਪ ਦੇ ਚੀਫ ਐਡਮਿਨਿਸਟ੍ਰੇਟਿਵ ਆਫਿਸਰ ਮਿਗੈਲ ਰੋਡਰੀਗੇਸ ਨੇ ਕਿਹਾ ਕਿ ਕਲੀਨਿਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਖੋਲ੍ਹਿਆ ਗਿਆ ਅਤੇ ਉਹ ਆਸ ਕਰਦੇ ਨੇ ਕਿ ਉਹਨਾਂ ਦਾ ਸਟਾਫ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰੇਗਾ। ਪੰਜਾਬੀ ਭਾਈਚਾਰੇ ਨੂੰ ਮੁੱਖ ਰੱਖ ਕੇ ਡਾਕਟਰ ਸਿਮਰਜੀਤ ਸਿੰਘ ਧਾਲੀਵਾਲ ਇਸ ਕਲੀਨਿਕ 'ਤੇ ਹਮੇਸ਼ਾ ਆਪਣੇ ਸਟਾਫ ਸਮੇਤ ਹਾਜ਼ਰ ਰਹਿਣਗੇ। ਡਾਕਟਰ ਧਾਲੀਵਾਲ ਨੇ ਕਿਹਾ ਕਿ ਚਾਹੇ ਕਿਸੇ ਕੋਲ ਇੰਸ਼ੋਰੈਂਸ ਹੋਵੇ ਜਾਂ ਨਹੀਂ, ਉਹਨਾਂ ਦੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹੋਣਗੇ ਅਤੇ ਇਹ ਕਲੀਨਿਕ ਹਰ ਪ੍ਰਕਾਰ ਦੀਆਂ ਸੇਵਾਵਾਂ ਮੁਹੱਈਆ ਕਰਵਾਵੇਗਾ, ਜਿੱਥੇ ਫੈਮਿਲੀ ਮੈਡੀਸਨ, ਕੈਰੋਪ੍ਰੈਕਟਰ, ਮਨੋਵਿਗਿਆਨਿਕ ਰੋਗ, ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਤਸੱਲੀ ਬਖਸ਼ ਤਰੀਕੇ ਨਾਲ ਕੀਤਾ ਜਾਵੇਗਾ। ਇੱਥੇ ਹੀ ਅਰਜੈਂਟ ਕੇਅਰ ਦੀਆਂ ਯਾਨੀ ਜ਼ਰੂਰੀ ਸੇਵਾਵਾਂ ਵੀ ਸ਼ੁਰੂ ਹੋਣਗੀਆਂ। ਇਸ ਮੌਕੇ ਕਲੀਨਿਕ ਦਾ ਟੂਰ ਵੀ ਦਿੱਤਾ ਗਿਆ। ਇਸ ਮੌਕੇ ਫ੍ਰਿਜ਼ਨੋ ਏਰੀਏ ਦੇ ਕਾਂਗਰਸਮੈਨ ਜਿਮ ਕੋਸਟਾ ਦੇ ਦਫ਼ਤਰ ਤੋਂ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਮੇਅਰ ਜੈਰੀ ਡਾਇਰ ਦੇ ਦਫ਼ਤਰ ਤੋਂ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਸਨ। ਸੈਨੇਟਰ ਡੋਇਨ ਫਾਈਨਸਟਾਈਨ ਦੇ ਦਫ਼ਤਰ ਤੋਂ ਵਫਦ ਵੀ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚਿਆ। ਫ੍ਰਿਜ਼ਨੋ ਦੇ ਡਿਸਟ੍ਰਿਕਟ 1 ਦੀ ਕੌਂਸਲ ਮੈਂਬਰ ਐਨਾਲੀਸਾ ਪ੍ਰੀਅਸ ਨੇ ਯੂਨਾਈਟਿਡ ਹੈਲਥ ਸੈਂਟਰ ਦੇ ਸਮੂਹ ਸਟਾਫ ਨੂੰ ਨਵੇਂ ਕਲੀਨਿਕ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ CEO ਜਸਟਿਨ ਪ੍ਰੀਅਸ ਨੂੰ ਸਾਰੇ ਸਿਆਸੀ ਦਫ਼ਤਰਾਂ ਦੇ ਨੁਮਾਇੰਦਿਆਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਨ TV ਹੋਸਟ ਐਮਲੀ ਅਰਵਿਨ ਨੇ ਬਾਖੂਬੀ ਨਿਭਾਇਆ। ਅਖੀਰ ਵਿੱਚ ਨਿਊਜ਼ੀਲੈਂਡ ਅਤੇ ਹਵਾਈਅਨ ਡਾਂਸ ਨੇ ਸਭ ਨੂੰ ਝੂਮਣ ਲਾ ਦਿੱਤਾ। ਦੁਪਹਿਰ ਦੇ ਖਾਣੇ ਨਾਲ ਅਮਿੱਟ ਪੈੜਾਂ ਛੱਡਦਾ ਇਹ ਗ੍ਰੈਂਡ ਓਪਨਿੰਗ ਸਮਾਗਮ ਯਾਦਗਾਰੀ ਹੋ ਨਿਬੜ ਗਿਆ। ਫ੍ਰਿਜ਼ਨੋ ਕੈਲੀਫੋਰਨੀਆ ਤੋਂ ਗੁਰਿੰਦਰਜੀਤ ਨੀਟਾ ਮਾਛੀਕੇ ਦੀ ਰਿਪੋਰਟ। ਅੱਜ ਬੜਾ ਖੁਸ਼ੀ ਦਾ ਦਿਨ ਹੈਗਾ ਕਿ ਸਾਡਾ ਯੂਨਾਈਟਿਡ ਹੈਲਥ ਸੈਂਟਰ ਦਾ ਐਸ਼ਲਨ ਅਤੇ ਮਾਰਕਸ ਦੇ ਜਿਹੜਾ 30ਵਾਂ ਨਵਾਂ ਕੰਪਨੀ ਦਾ ਕਲੀਨਿਕ ਹੈਗਾ ਫ੍ਰਿਜ਼ਨੋ ਦੇ ਵਿੱਚ, ਉਹਦੀ ਗ੍ਰੈਂਡ ਓਪਨਿੰਗ ਹੋਈ ਹੈਗੀ ਆ। ਸੋ ਜਿੱਥੇ ਕਿ ਅਸੀਂ ਕਾਫੀ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈਗੇ ਹਾਂ, ਜਿਨ੍ਹਾਂ ਦੇ ਵਿੱਚ ਮੈਡੀਕਲ, ਡੈਂਟਲ ਜਿਹੜੀਆਂ ਕਿ ਆਲਰੇਡੀ ਚੱਲ ਰਹੀਆਂ ਹੈਗੀਆਂ, ਥੋੜ੍ਹੀ ਦੇਰ ਬਾਅਦ ਆਪਟੋਮੈਟਰੀ ਸਰਵਿਸ ਵੀ ਸਟਾਰਟ ਹੋ ਜਾਣੀਆਂ, ਉਹਨਾਂ ਦੇ ਵਿੱਚ ਅੱਗੇ ਵਜਾ ਕੇ ਬਿਹੇਵੀਅਰ ਹੈਲਥ, ਕਾਇਰੋਪ੍ਰੈਕਟਿਕ ਸਰਵਿਸ ਵੀ ਸਟਾਰਟ ਕਰਾਂਗੇ। ਅਤੇ ਨਾਲ ਦੀ ਨਾਲ ਮੈਡੀਕਲ ਡੈਂਟਲ ਦੇ ਸਾਡੇ ਲੈਬ ਹੈਗੀ ਇੱਥੇ, ਸੋ ਤਾਂ ਕਿ ਪੇਸ਼ੈਂਟਾਂ ਨੂੰ ਕਿਤੇ ਹੋਰ ਦੂਰ 'ਤੇ ਨਹੀਂ ਜਾਣਾ ਪੈਂਦਾ ਹੈਗਾ। ਅਤੇ ਇਸ ਤੋਂ ਬਾਅਦ ਐਕਸਰੇਜ਼ ਜਿਹੜਾ ਹੈਗਾ ਉਹ ਵੀ ਮਤਲਬ ਰੈਡੀ ਟੂ ਗੋ ਹੈਗਾ, ਸਿਰਫ ਅਸੀਂ ਵੇਟ ਕਰਦੇ ਹੈਗੇ ਹਾਂ ਟੈਕਨੀਸ਼ੀਅਨ ਦੀ। ਅਤੇ ਬਾਕੀ ਸਾਡੀ ਸਾਰੀ ਕਮਿਊਨਿਟੀ ਨੂੰ ਇਹ ਬੇਨਤੀ ਹੈਗੀ ਆ ਕਿ ਤੁਸੀਂ ਚਾਹੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਚਾਹੇ ਨਹੀਂ, ਅਤੇ ਆਓ ਆਪਣੇ ਆਪ ਨੂੰ ਰਜਿਸਟਰ ਕਰਵਾਓ। ਸਾਡੇ ਕੋਲ ਗ੍ਰੇਟ ਪ੍ਰੋਵਾਈਡਰ, ਗ੍ਰੇਟ ਸਟਾਫ ਅਵੇਲੇਬਲ ਹੈਗਾ। ਸੋ ਵੀ ਆਰ ਰੈਡੀ ਟੂ ਸਰਵ ਯੂ ਗਾਈਸ। ਸਤਿ ਸ਼੍ਰੀ ਅਕਾਲ ਜੀ। ਆਲਰਾਈਟ, ਗੁੱਡ ਮਾਰਨਿੰਗ, ਹੇਅਰ ਵੀ ਸੈਲੀਬ੍ਰੇਟਿੰਗ ਅ ਗ੍ਰੈਂਡ ਓਪਨਿੰਗ ਹੇਅਰ ਔਰ ਐਸ਼ਲਨ ਹੈਲਥ ਸੈਂਟਰ। ਇਟਸ ਆਰ 30th ਹੈਲਥ ਸੈਂਟਰ ਫਾਰ UHC ਹੇਅਰ ਇਨ ਦ ਸੈਂਟਰ ਵੈਲੀ। ਐਟ ਦਿਸ ਸੈਂਟਰ ਵੀ ਰੀਅਲੀ ਪਲੀਜ਼ ਐਂਡ ਪ੍ਰਾਊਡ ਟੂ announce that we're offering medical, dental, optometry, chiropractic services coming soon, and behavioral health as well. So here at UHC, what we pride ourselves is accessibility and quality of care. So if anybody's interested, if you need assistance, even for enrollment, or if you don't have insurance, we have staff on hand that can help you out, as well as free transportation available to our patients. So again, we're welcome to the community. It's a new site. We've got great providers here, great staff. Welcome you to come on down and number one, visit us and maybe consider becoming a patient at United Health Center. Again, we just welcome you. We're glad to be celebrating this grand opening event here in the at the corner of Ashland and Marks here in Fresno. United Health Centers of Fresno ਵੱਲੋਂ ਆਪਣੀ 30ਵੀਂ ਲੋਕੇਸ਼ਨ ਲੋਕਾਂ ਦੀ ਸੇਵਾ ਦੇ ਵਿੱਚ ਫ੍ਰਿਜ਼ਨੋ ਦੇ
ਮਾਰਕਸ ਐਂਡ ਐਸ਼ਲਨ ਐਵੇਨਿਊ ਦੇ ਉੱਤੇ ਖੋਲ੍ਹ ਦਿੱਤੀ ਗਈ ਆ, ਜਿੱਥੇ ਤੁਸੀਂ ਪੰਜਾਬੀ ਡਾਕਟਰਾਂ ਦੁਆਰਾ ਵੀ ਸੇਵਾਵਾਂ ਲੈ ਸਕਦੇ ਹੋ। ਇਸ ਤੋਂ ਬਿਨਾਂ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇ ਲਈ ਹਮੇਸ਼ਾ ਯਾਦ ਰੱਖੋ ਯੂਨਾਈਟਿਡ ਹੈਲਥ ਸੈਂਟਰਸ। ਅੱਜ ਇਹਨਾਂ ਦੀ ਇੱਥੇ ਗ੍ਰੈਂਡ ਓਪਨਿੰਗ ਹੋਈ ਹੈ ਅਤੇ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ। ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ, ਮੇਰੇ ਸਾਥੀ ਕੁਲਵੰਤ ਵੀ ਧਾਲੀਆ ਦੇ ਨਾਲ, ਫ੍ਰਿਜਨੋ ਕੈਲੀਫੋਰਨੀਆ ਤੋਂ।